ਤੇ ਕਿੱਥੋਂ ਸਵਾਇਆ ਤੁਸੀਂ ਕੁੜਤਾ ਪਜਾਮਾ? ਇਹ ਕੋਟਕਪੂਰੇ ਦਾ ਸਵਾਈ ਦਿੱਤੀ ਸੀਗੀ ਪਹਿਲੇ। ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ। ਤਾਂ ਕਰਮਜੀਤ ਹੋਰਾਂ ਦਾ ਇੰਤਜ਼ਾਰ ਕਰ ਰਹੇ ਸੀ ਪਿਛਲੇ ਥੋੜ੍ਹੇ ਸਮੇਂ ਤੋਂ, ਤਾਂ ਪਹੁੰਚ ਚੁੱਕੇ ਨੇ ਕਰਮਜੀਤ ਅਨਮੋਲ ਹੋਰੀ, ਪ੍ਰਚਾਰ ਜਿਹੜਾ ਉਹ ਕਰ ਰਹੇ ਨੇ। ਭਾਈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 'ਤੇ। ਥੈਂਕ ਯੂ ਵੀਰੇ, ਥੈਂਕ ਯੂ ਭਾਈ ਸਾਹਿਬ। ਫਿਲਮ ਇੰਡਸਟਰੀ 'ਚ ਤਾਂ ਸੌਖਾ ਹੋਣਾ, ਲੇਕਿਨ ਇੱਥੇ ਮੈਂ ਦੇਖਿਆ ਕਿ ਕਾਫੀ ਪਾਪੜ ਜਿਹੜੇ ਉਹ ਵੇਲਣੇ ਪੈਂਦੇ। ਨਹੀਂ ਨਹੀਂ, ਸੌਖਾ ਇੱਥੇ ਵੀ ਆ, ਲੋਕ ਬਹੁਤ ਪਿਆਰ ਕਰਦੇ ਨੇ ਔਰ ਇਹਦੇ ਨਾਲ ਐਨਰਜੀ ਮਿਲਦੀ ਹੈ। ਲੇਕਿਨ ਸਿਆਸਤ ਨੇ ਤੁਹਾਨੂੰ ਮੈਨੂੰ ਲੱਗਦਾ ਜੀਨ ਪੈਂਟ ਤੋਂ ਕੁੜਤੇ ਪਜਾਮੇ ਤੇ ਵੀ ਲੈ ਆਂਦਾ। ਨਹੀਂ ਮੈਂ ਪੈਂਟ ਵੀ ਪਾਉਣਾ, ਦਸਤਾਰ ਵੀ ਆ ਗਈ ਹੈ, ਪੈਂਟ ਵੀ ਪਾਉਣਾ, ਦਸਤਾਰ ਪਹਿਲਾਂ ਵੀ ਸੀਗੀ। ਲੇਕਿਨ ਅੱਜ ਨਿੱਕਾ ਜੈਲਦਾਰ ਹੈ ਜਾਂ ਫਿਰ ਅੱਜ ਕੌਣ ਹੈ? ਅੱਜ ਤਾਂ ਤੁਹਾਡਾ ਭਰਾ ਹੀ ਹੈ ਇੱਥੇ, ਕੋਈ ਨਿੱਕਾ ਜੈਲਦਾਰ ਨਹੀਂ। ਨਿੱਕਾ ਜੈਲਦਾਰ ਫਿਲਮਾਂ 'ਚ ਹੁੰਦਾ, ਇੱਥੇ ਤਾਂ ਆਪ ਹੀ ਹੁਣ ਜੈਲਦਾਰੀ ਪਤਾ ਹੀ ਇਹੋ ਜਿਹੀ ਕਿਹੜੀ ਹੁੰਦੀ ਹੈ। ਬ੍ਰਾਂਡਿਡ ਜੀਨਾਂ, ਟੀ ਸ਼ਰਟਾਂ, ਅਰਮਾਨੀ ਦੇ ਐਨਕਾਂ, ਉਹ ਜ਼ਿਆਦਾ ਮਜ਼ੇਦਾਰ ਹੈ ਜਾਂ ਫਿਰ ਇਹ ਇਹ ਕਿੱਥੋਂ ਪ੍ਰਿੰਸ ਤੋਂ ਕੁੜਤਾ ਸਵਾਇਆ? ਕਿੱਥੋਂ ਸਵਾਇਆ? ਮੈਂ ਤੁਹਾਨੂੰ ਇੱਕ ਦੱਸਦਾ, ਇਹ ਜਿਹੜੇ ਇਲਾਕਾ ਹੈ ਨਾ ਫਰੀਦਕੋਟ ਵਾਲਾ, ਇਹ ਕੁੜਤੇ ਪਜਾਮੇ ਵੀ ਬ੍ਰਾਂਡਿਡ ਨੇ ਇੱਥੇ। ਹਾਂ, ਜਿਹੜਾ ਸਭ ਤੋਂ ਘੈਂਟ ਪਹਿਰਾਵਾ ਉਹ ਕੁੜਤਾ ਪਜਾਮਾ ਹੀ ਮੰਨਿਆ ਜਾਂਦਾ। ਇਹ ਕਿੱਥੋਂ ਸਵਾਇਆ ਤੁਸੀਂ ਕੁੜਤਾ ਪਜਾਮਾ? ਇਹ ਕੋਟਕਪੂਰੇ ਤੋਂ। ਕੋਟਕਪੂਰੇ ਤੋਂ ਸਨਸ਼ਾਈਨ ਵਾਲਿਆਂ ਦਾ ਸਵਾਈ ਦਿੱਤੀ ਸੀਗੀ ਪਹਿਲਾਂ? ਮੈਂ ਪੁੱਛ ਲੈਣਾ ਟੇਲਰ, ਪਹਿਲਾਂ ਪੁੱਛ ਰਹੇ ਤੁਸੀਂ। ਤਾਂ ਵੈਸੇ ਸਵਾਦ ਜੀਨ ਦਾ ਮਜ਼ੇਦਾਰ ਹੈ ਜਾਂ ਕੁੜਤੇ ਪਜਾਮੇ ਦਾ? ਕੁੜਤੇ ਪਜਾਮੇ ਦਾ ਤਾਂ ਨਜ਼ਾਰਾ ਵੱਖਰਾ ਹੀ ਹੈ। ਉਹ ਤਾਂ ਅਸੀਂ ਜੀਨ ਤਾਂ ਸਾਡੇ ਦੂਜੇ ਜਿਹੜੇ ਕੀ ਕਹਿੰਦੇ ਉਹ ਵੈਸਟਰਨ ਕਲਚਰ ਦੇ ਵਿੱਚ ਆਇਆ, ਸਾਡਾ ਆਪਣਾ ਤੁਹਾਡੇ ਕੰਫਰਟ ਬੰਦਾ ਇਹਦੇ ਚ ਹੀ ਰਹਿੰਦਾ। ਤੁਹਾਡੇ ਜਿਗਰੀ ਯਾਰ ਮਾਨ ਸਾਹਿਬ ਜੀ, ਉਹਨਾਂ ਨੇ ਤੁਹਾਨੂੰ ਕੁੜਤੇ ਪਜਾਮੇ ਤੇ ਵੀ ਲੈ ਆਂਦਾ ਔਰ ਸਿਆਸਤ 'ਚ ਵੀ ਲੈ ਆਂਦਾ। ਨਹੀਂ, ਕੁੜਤਾ ਮੈਂ ਪੈਂਟ ਕਮੀਜ਼ ਵੀ ਪਾਉਣਾ, ਐਸੀ ਗੱਲ ਨਹੀਂ, ਜੀਨ ਪਾਉਣੀ ਛੱਡੀ ਨਹੀਂ, ਉਹ ਤਾਂ ਐਂ ਵੀ ਗਰਮੀ 'ਚ ਕੰਫਰਟੇਬਲ ਰਹਿੰਦਾ ਬੰਦਾ। ਬਾਈ ਚਾਹ ਤਾਂ ਲਿਆ ਦਿਓ ਫਿਰ, ਲਿਆਈ ਯਾਰ 8-10 ਕੱਪ ਨਾਲੇ ਬਿਸਕੁਟ ਲਿਆ ਦੀ। ਕਿਵੇਂ ਫਿਰ ਸਵੇਰੇ ਸ਼ੁਰੂਆਤ ਕਿਵੇਂ ਕਰਦੇ ਹੋ? ਕਿਉਂਕਿ ਫਿਲਮਾਂ ਦੇ ਸੈੱਟ 'ਤੇ ਤਾਂ ਅਸੀਂ ਦੇਖੀਦਾ ਰਾਤ ਵੀ ਹੋ ਜਾਂਦੀ ਹੈ, ਸਾਰੀ ਜਿਹੜੀ ਤੁਹਾਡੀ ਡਾਇਰੈਕਟਰ ਦੀ ਮੰਨੀ ਪੈਂਦੀ ਹੈ ਜੀ ਜੀ, ਲੇਕਿਨ ਇੱਥੇ ਤਾਂ ਤੁਹਾਨੂੰ ਜਨਤਾ ਦੀ ਮੰਨੀ ਪੈਣੀ ਹੈ। ਜਨਤਾ ਕਹੇਗੀ ਫੋਟੋ ਖਿਚਾ ਤਾਂ ਫੋਟੋ ਵੀ ਖਿਚਾਉਣੀ ਪੈਣੀ ਹੈ, ਜਨਤਾ ਕਹੇਗੀ ਇੱਕ ਪੈਰ 'ਤੇ ਖੜਾ ਹੋ ਤਾਂ ਇੱਕ ਪੈਰ 'ਤੇ ਖੜਾ ਵੀ ਹੋਣਾ ਪੈਣਾ। ਦੇਖੋ ਜੀ, ਮੈਂ ਆਪਣੇ ਜਿਹੜੇ ਫਿਲਮੀ ਕੈਰੀਅਰ ਦੇ ਵਿੱਚ ਵੀ ਮੈਂ ਕਦੇ ਕਿਸੇ ਨੂੰ ਵੀ ਫੋਟੋ ਤੋਂ ਨਿਰਾਸ਼ ਨਹੀਂ ਕੀਤਾ ਅੱਜ ਤੱਕ, ਚਾਹੇ ਮੈਨੂੰ ਜਿੱਥੇ ਮਰਜ਼ੀ ਹੱਥ ਮਾਰ ਕੇ ਮਤਲਬ ਖੜਾ ਲੈਂਦੇ ਸੀਗੇ, ਅਤੇ ਚਾਹੇ ਮੈਨੂੰ 2000 ਫੋਟੋ ਕਰਾਉਣੀ ਪੈ ਜਾਵੇ, ਮੈਂ ਇਕੱਲੇ ਇਕੱਲੇ ਬੰਦੇ ਨਾਲ ਫੋਟੋ ਕਰਾਉਂਦਾ ਸੀ, ਅਤੇ ਅੱਜ ਤੱਕ ਕਰਾਉਣੀਆਂ ਅਤੇ ਪਹਿਲਾਂ ਵੀ ਮੇਰੇ 'ਚ ਕੋਈ ਇੱਦਾਂ ਨਹੀਂ। ਥੈਂਕ ਯੂ। ਤੁਹਾਨੂੰ ਲੱਗਦਾ ਇਹ ਫੋਟੋ ਕਰਵਾਉਣ ਵਾਲੇ ਲਓ ਬਾਈ ਜੀ ਵੋਟ ਵੀ ਪਾਉਣਗੇ? ਦੇਖੋ ਜੀ, ਪੂਰੀ ਉਮੀਦ ਹੈ ਅਤੇ ਆਸ ਦੇ ਸਹਾਰੇ ਹੀ, ਉਮੀਦ ਦੇ ਸਹਾਰੇ ਹੀ ਮਤਲਬ ਦੁਨੀਆ ਚੱਲਦੀ ਹੈ। ਔਰ ਇਹੀ ਨਹੀਂ ਕਿ ਮੈਨੂੰ ਬਹੁਤ ਪਿਆਰ ਕਰਦੇ ਆ ਲੋਕ, ਪਤਾ ਲੱਗਦਾ ਵੀ ਜਦੋਂ ਵੀ ਜਾਂਦੇ ਹਾਂ ਕਿਤੇ ਵੀ ਕੋਈ ਬਜ਼ੁਰਗ ਮਿਲਦਾ ਤਾਂ ਮਤਲਬ ਪੂਰਾ ਬੁੱਕਲ 'ਚ ਲੈ ਕੇ, ਕਲਾਵੇ 'ਚ ਲੈ ਕੇ, ਬਾਅਦ 'ਚੋਂ ਇਹ ਗੱਲ ਕਹਿੰਦਾ ਵੀ ਯਾਰ ਸਾਨੂੰ ਇੱਦਾਂ ਲੱਗਦਾ ਨਹੀਂ ਕਿ ਤੂੰ ਕੋਈ ਬਗਾਨਾ, ਸਾਨੂੰ ਐਂ ਲੱਗਦਾ ਕੋਈ ਸਾਡੇ ਪਰਿਵਾਰ ਦਾ ਮੈਂਬਰ ਹੈ। ਲੇਕਿਨ ਫਰੀਦਕੋਟ ਦੀ ਸਿੱਲੀ ਹੋ ਆ ਕੇ ਇਸ ਪਾਸੇ ਜਾਏਗੀ, ਉਹ ਤੁਹਾਨੂੰ ਸਭ ਪਤਾ ਹੈ, ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਨਹੀਂ, ਹਵਾ ਕਿੱਧਰ ਦੀ ਹੈ? ਮੈਂ ਸਿੱਲੀ ਕਿਉਂ ਪੁੱਛ ਰਿਹਾ ਸੀ ਤੁਹਾਨੂੰ ਵੀ ਪਤਾ? ਮੈਂ ਸਭ ਪਤਾ, ਮੈਂ ਸਿੱਲੀ ਬਾਰੇ ਕੁਛ ਨਹੀਂ ਕਹਿਣਾ ਚਾਹੁੰਦਾ, ਉਹ ਤੁਸੀਂ ਆਪ ਕਹੋਗੇ ਜੋ ਵੀ ਕਹਿਣਾ। ਗਲੇ ਮਿਲਦੇ, ਪੈਰੀ ਹੱਥ ਲਾਉਂਦੇ, ਸੀਨੀਓਰਟੀ ਦੀ ਰਿਸਪੈਕਟ ਵੀ ਹੁੰਦੀ ਹੈ ਜੀ ਜੀ, ਲੇਕਿਨ ਹੁਣ ਤਾਂ ਆਹਮੋ ਸਾਹਮਣੇ ਹੋ ਗਏ। ਨਹੀਂ, ਮੈਂ ਰਿਸਪੈਕਟ ਤਾਂ ਮੈਂ ਫਿਰ ਵੀ ਉਨਾ ਹੀ ਕਰੂੰਗਾ ਜੀ, ਜੋ ਮਰਜ਼ੀ ਆਵੇ, ਮੇਰੇ ਤੋਂ ਸੀਨੀਅਰ ਨੇ ਉਹ ਔਰ
ਰੁਤਬੇ 'ਚ ਵੱਡੇ ਨੇ, ਉਮਰ 'ਚ ਵੱਡੇ ਨੇ, ਤਜ਼ਰਬੇ 'ਚ ਵੱਡੇ ਨੇ, ਅਤੇ ਰਿਸਪੈਕਟ ਮੈਂ ਕਦੇ ਕਰਨੀ ਨਹੀਂ ਭੁੱਲੂੰਗਾ ਜੀ ਕਿਸੇ ਦੀ ਵੀ। ਜਿਹੜਾ ਮੈਂ ਇੱਥੋਂ ਮਹੀਨਾ ਵੀ ਵੱਡਾ ਬੰਦਾ ਮੈਂ ਉਹਦੀ ਰਿਸਪੈਕਟ ਕਰਦਾ। ਜਿਵੇਂ ਮੇਰੇ ਨਾਲ ਅੱਜ ਚਾਹ ਪੀ ਰਹੇ ਹੋ, ਹਾਂਜੀ, ਉੱਦਾਂ ਹੀ ਅੰਸਰਾਜ ਅੰਸਰਾਣਾ ਵੀ ਚਾਹ ਪੀਓਗੇ? ਪੀ ਸਕਦੇ ਜੀ, ਕਿਸੇ ਨਾਲ ਕਿਸੇ ਨਾਲ ਵੀ ਪੀ ਸਕਦੇ ਹਾਂ। ਅੱਛਾ, ਮੈਂ ਜਿਹੜਾ ਸਵਾਲ ਪੁੱਛਣਾ ਹੈ ਤੁਸੀਂ ਉਹ ਕਰਕੇ ਦਿਖਾ ਤਾ ਕਿ ਚਾਹ ਬਿਸਕੁਟ ਡੁਬੋ ਕੇ ਹਾਂਜੀ ਇਸੇ ਤਰੀਕੇ ਨਾਲ ਕਲਾਕਾਰ ਪੀਂਦੇ ਆ ਜਾਂ ਫਿਲਮਾਂ 'ਚ ਇਸੇ ਤਰੀਕੇ ਨਾਲ? ਨਾ, ਸਾਰੇ ਦੇਸੀ ਤਰੀਕੇ ਨਾਲ, ਜਿੱਦਾਂ ਮਰਜ਼ੀ ਬਣ ਜੇ ਬੰਦਾ ਨਾ, ਜਿੱਥੋਂ ਆਇਆ ਉਹ ਚੀਜ਼ ਨਿਕਲਦੀ ਨਹੀਂ ਹੁੰਦੀ। ਜਿਹੜੀ ਤੁਹਾਡੀ ਮਤਲਬ ਮੈਂ ਕਹਿੰਦਾ ਵੀ ਜੱਦ ਹੈ, ਚਾਹੇ ਜੇ ਤੁਸੀਂ ਉਸ ਉਮਰ ਭਰ ਤੱਕ ਊਂ ਬੰਦਾ ਫੋਰ ਦਾ ਟਾਈਮ ਚਾਹੇ ਬਦਲ ਲਏ ਕਿਸੇ ਨੂੰ ਦਿਖਾਉਣ ਦੇ ਮਾਰੇ, ਪਰ ਅੰਦਰ ਜਿਹੜੀ ਚੀਜ਼ ਉਹ ਕਦੇ ਬਦਲਦੀ ਨਹੀਂ ਹੁੰਦੀ। ਮੈਨੂੰ ਕੋਈ ਦੱਸ ਰਿਹਾ ਸੀ ਜਦੋਂ ਭਗਵੰਤ ਮਾਨ ਹੋਰਾਂ ਨਾਲ ਤੁਸੀਂ ਸ਼ੋਅ ਕਰਦੇ ਸੀ ਜਦੋਂ ਪਹਿਲੇ ਜਿਹੜੇ ਤੁਹਾਡੇ ਪ੍ਰੋਗਰਾਮ ਸੀ, ਉਦੋਂ ਸਿਆਸਤ 'ਤੇ ਵਿਅੰਗ ਕੱਸਣੇ ਹੁੰਦੇ ਸੀ ਅਤੇ ਉਸਦੇ ਲਈ ਅਖਬਾਰ ਪੜ੍ਹਨੀ ਬੇਹੱਦ ਲਾਜ਼ਮੀ ਹੁੰਦੀ ਸੀ, ਔਰ ਤੁਸੀਂ ਕਦੀ ਕਿਸੇ ਕੋਲੋਂ ਅਖਬਾਰ ਚੱਕ ਲਿਆਏ, ਕਦੀ ਕਿਸੇ ਕੋਲ ਉਧਾਰੀ ਲੈ ਆਏ, ਉਹ ਕਿੱਸਾ ਕੀ ਸੀਗਾ ਜਾਂ ਉਹ ਕਿਵੇਂ ਸੀ? ਦੇਖੋ ਜੀ, ਮਾਨ ਸਾਹਿਬ ਦਾ ਖਾਸ ਕਰਕੇ ਹੈ ਨਾ ਅਖਬਾਰ ਜ਼ਿਆਦਾ ਉਹ ਪੜ੍ਹਦੇ ਸੀ, ਮੇਰੇ ਨੂੰ ਇੰਨਾ ਨਹੀਂ ਸੀਗਾ, ਅਤੇ ਉਹਨਾਂ ਕੋਲ ਦੁਨੀਆ ਭਰ ਦੀਆਂ ਖਬਰਾਂ ਹੁੰਦੀਆਂ ਸੀ, ਇਕੱਲਾ ਅਖਬਾਰ ਹੀ ਨਹੀਂ, ਉਹਨਾਂ ਕੋਲ ਇੱਕ ਛੋਟਾ ਜਿਹਾ ਰੇਡੀਓ ਵੀ ਹੁੰਦਾ ਸੀ ਜਿਹਦੇ ਤਾਰਾਂ ਲਾ ਕੇ ਬਾਹਰਲੇ ਪਾਸੇ ਸੈੱਲ ਰਬੜ ਦੇ ਨਾਲ ਲਪੇਟੇ ਹੁੰਦੇ ਸੀਗੇ, ਅਤੇ ਉਹ ਕਦੇ ਕਿਸੇ ਗੇਮ ਦੀ ਕਮੈਂਟਰੀ ਸੁਣ ਰਹੇ ਹੁੰਦੇ, ਰਗਬੀ ਗੇਮ ਹੁੰਦੀ ਸੀ, ਸਾਨੂੰ ਪਤਾ ਵੀ ਨਹੀਂ ਹੁੰਦਾ ਸੀ ਵੀ ਰਗਬੀ ਕੀ ਹੁੰਦੀ ਹੈ, ਜਾਂ ਜਿਹੜੀ ਕ੍ਰਿਕਟ ਦੀ ਕਮੈਂਟਰੀ ਸੁਣ ਰਹੇ ਹੁੰਦੇ ਸੀ, ਜਾਂ ਕਿਸੇ ਮੁਲਕ ਦੇ ਵਿੱਚ ਚੋਣਾਂ ਹੋ ਰਹੀਆਂ ਹੁੰਦੀਆਂ ਸੀ ਉਹਦੇ ਰਿਜ਼ਲਟ ਬਾਰੇ ਪਤਾ ਕਰ ਰਹੇ ਹੁੰਦੇ ਸੀ, ਅਤੇ ਜਿਵੇਂ ਕਿਸੇ ਦੁਕਾਨ 'ਤੇ ਗਿਆ, ਕਿਸੇ ਦੋਸਤਾਂ ਮਿੱਤਰਾਂ ਦੀਆਂ ਦੁਕਾਨਾਂ ਹੁੰਦੀਆਂ ਸੀ ਜਿਵੇਂ, ਹੈ ਨਾ, ਉੱਥੋਂ ਅਖਬਾਰ ਵੀ, ਮੈਂ ਯਾਰ ਅਖਬਾਰ ਪੜ੍ਹਨੀ, ਮੈਂ ਤੁਸੀਂ ਪੜ੍ਹ ਲਈ ਤਾਂ ਮੈਂ ਲੈ ਜਾ ਅਖਬਾਰ ਲੈ ਜਾਂਦੇ। ਹਾਂਜੀ ਹਾਂਜੀ, ਪੈਸੇ ਦਿੰਦੇ ਨਹੀਂ ਸੀ, ਪੈਸੇ ਹੁੰਦੇ ਨਹੀਂ ਸੀ, ਪੈਸੇ ਹੁੰਦੇ ਨਹੀਂ ਸੀ। ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਵੀ ਮੈਂ ਜਦੋਂ ਮੈਂ ਕਾਲਜ ਦੇ ਵਿੱਚ ਪਲੱਸ ਵਨ 'ਚ ਐਡਮਿਸ਼ਨ ਲਈ ਹੈ, ਐਡਮਿਸ਼ਨ ਦੇ ਬਾਅਦ 'ਚ ਮੇਰੇ ਕੋਲ 4 ਰੁਪਏ ਬਚੇ ਸੀ, ਉਹ 4 ਰੁਪਏ ਮੈਂ ਸਕੂਲ ਦੇ ਜਿਹੜਾ ਕਾਲਜ ਦਾ ਜਿਹੜਾ ਸ਼ਨਾਖਤੀ ਕਾਰਡ ਹੁੰਦਾ ਉਹਦੇ ਪਿਛਲੇ ਪਾਸੇ ਉਹਦੀ ਜੇਬ 'ਚ ਪਾ ਕੇ ਰੱਖੇ ਹੋਏ ਸੀ, ਵੀ ਕਈ ਵਾਰੀ ਪੈਸੇ ਕੰਮ ਆ ਜਾਂਦੇ ਨੇ, ਉਹ ਦਿਨ ਵੀ ਦੇਖੇ ਹੋਏ ਨੇ। ਮੈਨੂੰ ਇਹ ਵੀ ਪਤਾ ਲੱਗਾ ਪਲੱਸ ਟੂ 'ਚ ਜਦੋਂ ਤੁਸੀਂ ਅਤੇ ਮੁੱਖ ਮੰਤਰੀ ਜਦੋਂ ਇਕੱਠੇ ਸੀਗੇ, ਕਹਿੰਦੇ ਕਿ ਜਦੋਂ ਉਹਨਾਂ ਦਾ ਸਟਾਰਡਮ ਆਇਆ ਉਹ ਕਹਿੰਦੇ ਕਿ ਹੁਣ ਤੁਹਾਨੂੰ ਵੀ ਉਸੇ ਪਾਸੇ ਲੈ ਕੇ ਆਉਣਾ, ਪੂਰਾ ਜ਼ੋਰ ਦਿੱਤਾ ਸਿਆਸਤ 'ਚ, ਹੁਣ ਉਹਨਾਂ ਦਾ ਸਟਾਰਡਮ ਹੈ, ਉਦੋਂ ਵੀ ਤੁਹਾਡੇ 'ਤੇ ਜ਼ੋਰ ਪੂਰਾ ਲਾਉਣਾ ਸ਼ੁਰੂ ਕਰਤਾ? ਨਹੀਂ, ਬਿਲਕੁਲ ਜੀ, ਕਿਉਂਕਿ ਦੋਸਤੀ ਬਹੁਤ ਵੱਡੀ ਗੱਲ ਹੁੰਦੀ ਹੈ, ਬਹੁਤ ਵੱਡੀ ਚੀਜ਼ ਹੁੰਦੀ ਹੈ। ਹੁਣ ਸਿਆਸਤ 'ਚ ਤੁਹਾਨੂੰ ਕੁੜਤੇ ਪਜਾਮੇ ਵੀ ਸਿਖਾਤੇ ਜੀ, ਸਿਰ 'ਤੇ ਦਸਤਾਰ ਵੀ ਸਿਖਾਤੀ, ਹੁਣ ਮੈਂ ਕਰਮਜੀਤ ਅਨਮੋਲ ਕਹਾਂ ਜਾਂ ਸਰਦਾਰ ਕਰਮਜੀਤ ਸਿੰਘ ਅਨਮੋਲ ਕਹਾਂ, ਜੋ ਮਰਜ਼ੀ ਕਹਿ ਲਓ ਜੀ, ਜੋ ਮਰਜ਼ੀ ਕਹਿ ਲਓ, ਮੈਂ ਪੱਗ ਪਹਿਲਾਂ ਵੀ ਬੰਨਦਾ, ਤੁਸੀਂ ਮੇਰੀਆਂ ਤੁਸੀਂ ਫਿਲਮਾਂ ਵੀ ਦੇਖੀਆਂ ਹੋਣਗੀਆਂ, ਮੈਂ ਬਹੁਤ ਫਿਲਮਾਂ ਦੇ ਵਿੱਚ, ਮੈਂ 10ਵੀਂ ਦੇ ਵਿੱਚ ਵੀ ਪੱਗ ਬੰਨਦਾ ਰਿਹਾ 10ਵੀਂ ਤੱਕ। ਇੱਕ ਮੈਨੂੰ ਕੋਈ ਇਹ ਵੀ ਦੱਸ ਰਿਹਾ ਸੀ ਕਿ ਤੁਸੀਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਸੰਤ ਰਾਮ ਉਦਾਸੀ ਹੋਰਾਂ ਦੇ 2 ਲਾਈਨਾਂ ਜਿਹੜੀਆਂ ਸੀਗੀਆਂ ਉਹ ਗੁਣਗੁਣਾਉਂਦੇ ਸੀਗੇ, ਸ਼ਾਇਰੀ ਦੇ ਮੁਕਾਬਲੇ ਹੁੰਦੇ ਸੀ ਜੀ, ਜੀ ਪੈਸੇ ਜਿੱਤ ਕੇ ਆਉਂਦੇ ਸੀਗੇ ਉੱਥੇ, ਜਿਹੜਾ ਉਹ ਕੰਪੀਟੀਸ਼ਨ ਜਿੱਤ ਕੇ ਆਉਂਦੇ ਸੀਗੇ ਜੀ ਜੀ, ਉਹ ਥੋੜ੍ਹਾ ਜਿਹਾ ਸੁਣਾਓ, ਔਰ ਉਹ 2 ਲਾਈਨਾਂ ਵੀ ਅਗਰ ਤੁਸੀਂ ਸੁਣਾ ਸਕੋ। ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ। ਇਹ ਗੀਤ ਅਸੀਂ ਕੰਪੀਟੀਸ਼ਨਾਂ 'ਤੇ ਗਾਉਂਦੇ ਹੁੰਦੇ ਸੀਗੇ। ਕਿੰਨੀ ਕੁ ਵਾਰ ਤੁਸੀਂ ਇਹ ਗੀਤ ਗਾਇਆ? ਅਣਗਿਣਤ ਵਾਰ ਗਾਇਆ ਜੀ ਮੈਂ। ਪਹਿਲੀ ਵਾਰ ਕਿੰਨੇ ਪੈਸੇ ਮਿਲੇ ਸੀ? ਦੇਖੋ ਜੀ, ਜਦੋਂ ਮੈਂ ਆਪਣੇ ਬਚਪਨ ਦੀ ਗੱਲ ਦੱਸਦਾ ਕਿ ਮੇਰੇ ਪਿੰਡ ਟੂਰਨਾਮੈਂਟ ਸੀਗੇ, ਟੂਰਨਾਮੈਂਟ ਦੇ ਉੱਤੇ ਮਤਲਬ ਇਲਾਕੇ 'ਚ ਅਨਾਊਂਸਮੈਂਟ ਹੋ ਗਈ ਸੀ ਕਿ ਮਾਣਕ ਸਾਹਿਬ ਨੇ ਆਉਣਾ ਗਾਉਣ ਇੱਥੇ। ਅੱਛਾ, ਬਹੁਤ ਘੱਟ ਲੋਕਾਂ ਨੂੰ ਪਤਾ ਮਾਨਕ ਸਾਹਿਬ ਤੁਹਾਡੇ? ਮੇਰੇ ਮਾਮਾ ਜੀ। ਮਾਮਾ ਜੀ, ਹਾਂਜੀ। ਤੁਸੀਂ ਦੱਸਦੇ ਨਹੀਂ? ਮੈਂ, ਕਿਉਂਕਿ ਬੋਰਡ ਥੱਲੇ ਬੋਰਡ ਨਹੀਂ ਲੱਗਦਾ ਹੁੰਦਾ, ਮੈਨੂੰ ਇਹ ਸੀਗਾ
ਕਿ ਜੇ ਮੈਂ ਕਿਤੇ ਪਰਫੋਰਮੈਂਸ ਦਿੱਤੀ ਤਾਂ ਜੇ ਮੇਰੀ ਪਰਫੋਰਮੈਂਸ ਵਧੀਆ ਹੋਈ ਤਾਂ ਲੋਕਾਂ ਨੇ ਕਹਿਣਾ ਇਹ ਤਾਂ ਹੋਣੀ ਹੋਣੀ ਹੈ ਯਾਰ, ਹੈ ਨਾ, ਇਹ ਮਾਣਕ ਸਾਹਿਬ ਦਾ ਭਾਣਜਾ। ਜੇ ਕਿਤੇ ਮਾੜੀ ਰਹਿ ਗਈ ਤਾਂ ਲੋਕਾਂ ਨੇ ਕਹਿਣਾ ਵੀ ਯਾਰ ਇਹਨੇ ਤਾਂ ਮਾਣਕ ਸਾਹਿਬ ਦੇ ਨਾਂ ਨੂੰ ਵੀ ਲਾਜ ਲਵਾ ਦਿੱਤੀ। ਅਤੇ ਮੈਨੂੰ ਐਂ ਸੀ ਕਿ ਮੇਰਾ ਜਿਹੜਾ ਨਾਂ ਹੋਵੇ ਮੈਨੂੰ ਮੇਰੇ ਨਾਂ ਨਾਲ ਹੀ ਜਾਣਨ ਲੋਕ। ਅਤੇ ਉਹ ਮੇਰੇ ਅੰਦਰ ਸੀਗੀ ਕਿ ਮੈਂ ਆਪਣੀ ਕਲਾ ਦੇ ਜ਼ਰੀਏ ਆਪ ਲੋਕਾਂ ਦੇ ਸਨਮੁਖ ਹੋਵਾਂ। ਤੁਸੀਂ ਮਾਣਕ ਸਾਹਿਬ ਦੀ ਗੱਲ ਸੁਣਾ ਰਹੇ ਸੀ, ਮੈਂ ਵਿੱਚੇ ਕੱਟਤਾ ਉਹ ਗੱਲ ਪੂਰੀ ਗੱਲ। ਅਤੇ ਉਹ ਅਨਾਊਂਸਮੈਂਟ ਹੋਈ ਸੀ ਕਿ ਟੂਰਨਾਮੈਂਟ 'ਤੇ ਮਾਣਕ ਸਾਹਿਬ ਨੇ ਆਉਣਾ। ਉਹਨਾਂ ਨੇ ਮੈਨੂੰ ਇੱਕ ਚਿੱਟਾ ਕੁੜਤਾ ਪਜਾਮਾ ਸਵਾ ਕੇ ਦਿੱਤਾ, ਪਰਲੇ ਵਾਲੀ ਪੱਗ ਬੰਨ੍ਹੀ ਹੋਈ, ਅਤੇ ਸਟੇਜ ਦੇ ਉੱਤੇ ਮੇਜ਼ ਪਿਆ ਸੀ, ਮੇਜ਼ ਦੇ ਉੱਤੇ ਕੁਰਸੀ, ਅਤੇ ਕੁਰਸੀ ਦੇ ਉੱਤੇ ਮੈਨੂੰ ਖੜਾਇਆ ਸੀ ਅਤੇ ਮਾਈਕ ਦੇ ਬਰਾਬਰ ਆਇਆ ਸੀ ਮੈਂ। ਤੀਜੀ ਕਲਾਸ 'ਚ ਪੜ੍ਹਦਾ ਸੀ ਅਤੇ ਮੈਂ ਉਦੋਂ 4-5 ਗਾਣੇ ਮਤਲਬ ਲਗਾਤਾਰ ਗਾਏ ਮਾਣਕ ਸਾਹਿਬ ਦੇ। ਅਤੇ ਲੋਕਾਂ ਨੇ ਕਿਸੇ ਨੇ ਵੀ ਇਹ ਸ਼ਿਕਾਇਤ ਨਹੀਂ ਕੀਤੀ ਕਿ ਯਾਰ ਤੁਸੀਂ ਝੂਠ ਬੋਲਿਆ ਸੀਗਾ ਕਿ ਵੀ ਇੱਥੇ ਮਾਣਕ ਸਾਹਿਬ ਨੇ ਆਉਣਾ ਅਤੇ ਤੁਸੀਂ ਵੀ ਆਹ ਜਵਾਕ ਜਿਹਾ ਲਾਤਾ। ਅਤੇ ਉਦੋਂ ਮੈਨੂੰ, ਤੁਸੀਂ ਪੈਸਿਆਂ ਦੀ ਗੱਲ ਕੀਤੀ ਕਿੰਨੇ ਬਣੇ, ਉਦੋਂ ਮੈਨੂੰ 56 ਰੁਪਏ ਬਣੇ ਸੀਗੇ। ਅਤੇ ਉਹ ਮੈਨੂੰ ਅੱਜ ਤੱਕ ਯਾਦ ਆ ਕਿ ਮੇਰੇ ਲਈ ਬਹੁਤ ਵੱਡੀ ਅਮਾਊਂਟ ਸੀ ਕਿ ਵੀ ਮੈਨੂੰ ਇਨਾਮ ਦੇ ਵਿੱਚ ਇੰਨੇ ਪੈਸੇ ਮਿਲੇ। ਇਹ ਕਿੰਨਾ ਕੁ ਔਖਾ ਤੁਹਾਨੂੰ ਲੱਗ ਰਿਹਾ ਇਸ ਵੇਲੇ ਸਿਆਸਤ 'ਚ ਜਦੋਂ ਇੰਨੀ ਗਰਮੀ 'ਚ, ਕਿਉਂਕਿ ਫਿਲਮਾਂ 'ਚ ਤਾਂ ਪੈਸੇ ਮਿਲਣੇ ਹੁੰਦੇ ਆ, ਇੱਥੇ ਪੈਸੇ ਕੋਲੋਂ ਲੱਗ ਰਹੇ ਆ। ਫਿਲਮਾਂ 'ਚ ਤਾਂ ਪਤਾ ਹੈ ਕਿ ਫਿਲਮ ਚੱਲੇ ਨਾ ਚੱਲੇ ਪੈਸੇ ਆ ਗਏ। ਜੀ ਜੀ, ਇੱਥੇ ਤਾਂ ਪਹਿਲਾਂ ਪੈਸੇ ਲੱਗ ਗਏ, ਅੱਗੋਂ ਕੀ ਹੋਣਾ ਨਹੀਂ ਹੋਣਾ ਉਹ ਰੱਬ ਨੂੰ ਪਤਾ ਜਾਂ ਲੋਕਾਂ ਨੂੰ ਪਤਾ। ਦੇਖੋ ਜੀ, ਇੱਕ ਜਜ਼ਬਾ ਹੁੰਦਾ ਹੈ, ਉਹ ਤੁਹਾਨੂੰ ਮਤਲਬ ਤੋਰੀ ਫਿਰਦਾ। ਦੂਜੀ ਗੱਲ ਇਹ ਵੀ ਜਦੋਂ ਲੋਕ ਇੰਨੇ ਪਿਆਰ ਨਾਲ ਮਿਲਦੇ ਆ ਨਾ, ਉਹ ਸਾਰਾ ਕੁਛ ਭੁੱਲ ਜਾਂਦਾ। ਜਦੋਂ ਕੋਈ ਬਜ਼ੁਰਗ ਸਿਰ 'ਤੇ ਹੱਥ ਰੱਖ ਦਿੰਦਾ, ਕੋਈ ਮਾਂ ਬੁੱਕਲ ਦੇ ਵਿੱਚ ਲੈ ਕੇ ਅਸੀਸਾਂ ਦਿੰਦੀ ਹੈ, ਕੋਈ ਬੱਚੇ ਭੱਜ ਕੇ ਜੱਫੀ ਪਾ ਕੇ ਮਿਲਦੇ ਆ, ਅਤੇ ਉਹ ਚੀਜ਼ਾਂ ਸਾਰਾ ਕੁਛ ਭੁਲਾ ਦਿੰਦੀਆਂ ਨੇ, ਉਹ ਸਾਰੀ ਥਕਾਵਟ ਲਾ ਦਿੰਦੀ ਹੈ ਅਤੇ ਕੋਈ ਨੈਗੇਟਿਵਿਟੀ ਨੇੜੇ ਆਉਣੀ ਨਹੀਂ ਦਿੰਦੀ। ਕਰਮਜੀਤ ਅਨਮੋਲ ਘਰ ਦੇ ਕਿਹੜੇ ਕਿਹੜੇ ਕੰਮ ਕਰ ਲੈਂਦੇ ਆਪਣੀ ਵਾਈਫ ਵਾਸਤੇ? ਕਦੀ ਘਰੇ ਚਾਹ ਬਣਾ ਕੇ ਪਲਾਈ ਹੈ ਜਾਂ ਕਦੀ ਘਰੇ ਤੜਕਾ ਲਾਇਆ? ਫਿਲਮਾਂ 'ਚ ਤਾਂ ਬੜੇ ਤੜਕੇ ਲਾ ਦਿੰਦੇ। ਦੇਖੋ ਜੀ, ਮੈਨੂੰ ਬਹੁਤ ਸ਼ੌਕ ਹੈ ਪਰ ਮੇਰੀ ਵਾਈਫ ਮੈਨੂੰ ਕੰਮ ਨਹੀਂ ਕਰਨ ਦਿੰਦੀ ਜਮਾਂ ਹੀ। ਘਰੇ ਉਹਨੂੰ ਆਪਣੇ ਹੱਥਾਂ ਨਾਲ ਚਾਹ ਬਣਾ ਕੇ ਪਲਾਈ ਹੈ? ਨਾ, ਅੱਜ ਤੱਕ ਨਹੀਂ ਜੀ। ਉਹ ਮੈਨੂੰ ਰਸੋਈ ਦੇ ਵਿੱਚ ਵੜਨੀ ਨਹੀਂ ਦਿੰਦੇ। ਦੂਜੇ ਵੀ ਕਹਿੰਦੇ ਕਿ ਫਿਲਮਾਂ 'ਚ ਚੱਲ ਜਾਂਦਾ, ਇੱਥੇ ਕਿੰਨੇ ਕੁ ਝੂਠ ਬੋਲਣੇ ਪਏ ਆ ਤੁਹਾਨੂੰ? ਦੇਖੋ ਜੀ, ਅਜੇ ਤੱਕ ਤਾਂ ਨਹੀਂ ਕੋਈ ਝੂਠ ਬੋਲਿਆ, ਅਤੇ ਰੱਬ ਝੂਠ ਬੁਲਾਵੇ ਵੀ ਨਾ। ਅਤੇ ਜੇ ਮਤਲਬ ਮੈਂ ਇਹੀ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਚਾਹੇ ਮੈਂ ਰਾਜਨੀਤੀ 'ਚ ਆ ਗਿਆ, ਲੋਕ ਕਹਿੰਦੇ ਆ ਕਿ ਬਹੁਤ ਝੂਠ ਬੋਲਣੇ ਪੈਂਦੇ ਆ, ਪਰ ਪਰਮਾਤਮਾ ਇਹੋ ਜਿਹਾ ਝੂਠ ਬੁਲਾਵੇ ਨਾ। ਮੈਂ ਹੰਸਰਾਜ ਹੰਸ ਆ ਗਏ, ਮੈਂ ਫਿਰ ਉਸੇ ਗੱਲ 'ਤੇ ਆਉਂਦਾ, ਹੁਣ ਕਿਵੇਂ ਮੁਕਾਬਲਾ ਰਹੇਗਾ? ਕਿਉਂਕਿ ਲੋਕਾਂ 'ਚ ਤੁਸੀਂ ਜਾਣਾ, ਤੁਸੀਂ ਤਾਂ ਕਹੋਗੇ ਕਿ 2 ਸਾਲ ਦੇ ਭਗਵੰਤ ਮਾਨ ਹੋਰਾਂ ਦੇ ਕੰਮ ਨੇ, ਲੇਕਿਨ ਜਦੋਂ ਆਹਮੋ ਸਾਹਮਣੇ ਕਈ ਵਾਰ ਡਿਬੇਟ ਵੀ ਹੋ ਜਾਂਦੀ, ਹੋ ਸਕਦਾ ਅਗਲੇ ਪ੍ਰੋਗਰਾਮ 'ਚ ਤੁਸੀਂ ਇੱਥੇ ਬੈਠੇ ਹੋ, ਹੰਸ ਭਾਜੀ ਇੱਥੇ ਬੈਠੇ ਹੋਣ, ਮੈਂ ਇੱਥੇ ਬੈਠਾ ਹੋਵਾਂ, ਹਾਂਜੀ ਹਾਂਜੀ, ਮੁਹੰਮਦ ਸਦੀਕ ਸਾਹਿਬ ਉੱਥੇ ਬੈਠੇ ਹੋਣ, ਹਾਂਜੀ, ਫਿਰ ਕਿਵੇਂ ਦੀ ਚਰਚਾ ਜਾਂ ਕਿਵੇਂ ਤੁਸੀਂ ਕਰੋਗੇ? ਚਰਚਾ ਵਿਚਾਰਾਂ ਦੀ ਚਰਚਾ ਹੋਊਗੀ ਜੀ, ਉਹਨਾਂ ਦੇ ਉਹ ਆਪਣੀ ਪਾਰਟੀ ਦੇ ਵਿਚਾਰ ਰੱਖਣਗੇ, ਮੈਂ ਆਪਣੀ ਦੇ ਰੱਖੂੰਗਾ, ਅਤੇ ਰਿਸਪੈਕਟਫੁਲੀ ਹੋਊਗੀ, ਕੋਈ ਇੱਦਾਂ ਨਹੀਂ ਵੀ ਮਿਹਣੋ ਮਿਹਣੀ ਨਹੀਂ ਕੋਈ ਹੋਊਗਾ ਕੰਮ। ਹੁਣ ਤੱਕ ਤਾਂ ਤੁਸੀਂ ਸ਼ਾਇਦ ਪਹਿਰੀ ਹੱਥ ਉਹਨਾਂ ਦੇ ਲਗਾਉਂਦੇ ਹੋਵੋਗੇ? ਅਤੇ ਮੈਂ ਲਾਉਂਦਾ ਹੀ ਰਹੂੰਗਾ ਜੀ ਬਾਅਦ 'ਚ ਵੀ। ਚਲੋ, ਗੱਲਬਾਤ ਦਾ ਸਿਲਸਿਲਾ ਜਾਰੀ ਰਹੇਗਾ। ਫਰੀਦਕੋਟ ਦੇ ਵਿੱਚ ਮੁਕਾਬਲਾ ਪੰਜਾਬੀ ਇੰਡਸਟਰੀ ਦੇ 2 ਧੁਰੰਦਰਾਂ ਦੇ ਵਿਚਾਲੇ ਦੇਖਣ ਨੂੰ ਮਿਲ ਰਿਹਾ। ਇੱਕ ਪਾਸੇ ਸੂਫੀ ਗਾਇਕ ਹੰਸਰਾਜ ਹੰਸ ਨੇ, ਤਾਂ ਦੂਜੇ ਪਾਸੇ ਕਰਮਜੀਤ ਅਨਮੋਲ, ਪੰਜਾਬੀ ਇੰਡਸਟਰੀ ਦਾ ਉਹ ਨਾਮ ਜਿਸ ਤੋਂ ਬਿਨਾਂ ਕੋਈ ਫਿਲਮ ਜਿਹੜੀ ਹੈ ਉਹ ਪੂਰੀ ਨਹੀਂ ਹੁੰਦੀ। ਕਰਮ, ਜਿਸ ਤਰੀਕੇ ਨਾਲ ਕਹਿੰਦੇ ਕਿ ਕੋਈ ਵੀ ਫਿਲਮ ਕਰਮ ਤੋਂ ਬਿਨਾਂ ਪੂਰੀ ਨਹੀਂ ਹੁੰਦੀ, ਤਾਂ ਸਿਆਸਤ ਦੇ ਵਿੱਚ ਵੀ ਹੁਣ ਜਿਹੜਾ ਵਾ ਕਰਮ ਦੀ ਐਂਟਰੀ ਜਿਹੜੀ ਉਹ ਹੋਈ ਹੈ? ਹਾਂਜੀ, ਸਿਆਸਤ ਦੇ ਵਿੱਚ ਐਂਟਰੀ ਮਾਨ ਸਾਹਿਬ ਨੇ ਕਰਾਈ ਹੈ। ਪਹਿਲਾਂ ਕਾਲਜ ਦੇ ਵਿੱਚ ਵੀ ਇਕੱਠੇ ਸੀਗੇ, ਉਸ ਫੀਲਡ ਦੇ ਵਿੱਚ ਵੀ ਇਕੱਠੇ ਸੀਗੇ। ਸਤਿ ਸ਼੍ਰੀ ਅਕਾਲ ਮਾਤਾ ਜੀ, ਸਤਿ ਸ਼੍ਰੀ ਅਕਾਲ, ਕੌਣ ਆ ਵੀ? ਹਾਂਜੀ,
ਮਗਰ ਨੀ ਮੂਹਰੇ ਖੜਾਂਗੇ ਇਹਨਾਂ ਦੇ ਉਧਰ ਹੰਸਰਾਜ ਹੰਸ ਵੀ ਨੇ ਸੂਫੀ ਗਾਇਕ ਨੇ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਤੇ ਇਹਨਾਂ ਨੂੰ ਜਾਣਦੇ ਹਾਂ ਤੇ ਇਹਨਾਂ ਨੂੰ ਬਸ ਜੇ ਕੱਲ ਨੂੰ ਹੰਸਰਾਜ ਹੰਸ ਇਸ ਪਿੰਡ ਚ ਆਉਂਦੇ ਮਤਲਬ ਹੀ ਨਹੀਂ ਹੈਗਾ ਦੇਖੋ ਸਾਡੇ ਕੋਲ ਸ਼ਰਮਾ ਜੀ ਬੈਠੇ ਆ ਤੇ ਗੋੜਾ ਬੈਠਾ ਜੋ ਇਹ ਕਹਿ ਦੇਣਗੇ ਇਹਨਾਂ ਦੇ ਕਹਿਣ ਦੀ ਲੋੜ ਹੀ ਨਹੀਂ ਇਹ ਕਿੰਨਾ ਔਖਾ ਹੈ ਪੰਜਾਬੀ ਇੰਡਸਟਰੀ 'ਚ ਇੱਕ ਹੈ ਕਿ ਫਿਲਮਾਂ ਕਰਨੀਆਂ ਆਪਣੀ ਇੱਕ ਟੋਰ ਟੱਪਾ ਔਰ ਇੱਥੇ ਇਕੱਲੇ ਇਕੱਲੇ ਨੂੰ ਪੈਰੀ ਹੱਥ ਵੀ ਲਾਉਣਾ ਹੱਥ ਵੀ ਜੋੜਨੇ ਔਰ ਵੋਟਾਂ ਮੰਗਣੀਆਂ ਭਾਈ ਵੋਟਾਂ ਪਾ ਦਿਓ ਦੇਖੋ ਜੀ ਰਿਸਪੈਕਟ ਤਾਂ ਮੈਂ ਆਪਣੇ ਪੱਲੇ ਨਾਲ ਬੰਨ ਕੇ ਚੱਲਦਾ ਜਿਹੜਾ ਮੈਥੋਂ ਵੱਡਾ ਤਾਂ ਮੈਂ ਉਹਦੀ ਰਿਸਪੈਕਟ ਕਰਦਾ ਹੀ ਕਰਦਾ ਅਤੇ ਕੋਈ ਵੀ ਹੈ ਤਾਂ ਇੰਡਸਟਰੀ ਦੇ ਵਿੱਚ ਵੀ ਜਦੋਂ ਸੀਗੇ ਉਦੋਂ ਵੀ ਅਤੇ ਹੁਣ ਤਾਂ ਕਰਨੀ ਹੈ ਕਿਉਂਕਿ ਇੰਨਾ ਸਹਿਯੋਗ ਦੇ ਰਹੇ ਨੇ ਇਹਨਾਂ ਦਾ ਤੁਸੀਂ ਸੁਣੀ ਲਿਆ ਸਾਰਿਆਂ ਦਾ ਵੀ ਕਿੰਨਾ ਪਿਆਰ ਦੇ ਰਹੇ ਨੇ ਲੋਕ ਮਿਹਰਬਾਨੀ ਅਖਬਾਰ ਪੜ੍ਹਦੇ ਪਈ ਅਖਬਾਰ ਕਰਮਜੀਤ ਹੋਰਾਂ ਦੀ ਕੋਈ ਖਬਰ ਲੱਗੀ ਹੈ ਕੀ ਕਹਿੰਦੀ ਅਖਬਾਰ ਖਬਰਾਂ ਰੋਜ਼ ਹੀ ਲੱਗਦੀਆਂ ਜੀ ਇਹਨੇ ਚੜ੍ਹਾਈ ਹੋਈ ਪਈ ਆ ਗੁਰਦਾਸਪੁਰ ਚ ਸੰਨੀ ਦਿਓਲ ਆਇਆ ਸੀ ਉਸ ਨੂੰ ਵੀ ਸਾਰੇ ਜਾਣਦੇ ਸੀਗੇ ਉਹਨੇ ਵੀ ਨਲਕਾ ਪੱਟ ਲਿਆ ਨਲਕੇ ਲਾਉਣੇ ਆਪਾਂ ਦੱਸੋ ਕਿ ਤੁਸੀਂ ਕੀ ਕਰੋਗੇ ਅਜਿਹਾ ਫਰੀਦਕੋਟ ਲਈ ਅਜੇ ਕਿਉਂਕਿ ਲੋਕਾਂ ਨੇ ਕਹਿਣਾ ਕੱਲ੍ਹ ਨੂੰ ਮੁੜ ਕੇ ਤੁਸੀਂ ਵੀ ਗਾਇਬ ਹੋ ਜਾਓ ਤੁਸੀਂ ਵੀ ਫਿਲਮਾਂ ਵਾਲੇ ਪਾਸੇ ਚਲੇ ਜਾਓ ਤੁਹਾਨੂੰ ਲੱਭਣਾ ਬੜਾ ਔਖਾ ਹੋ ਜਾਏਗਾ ਤੁਹਾਡਾ PA ਫਿਰ ਮੁੜ ਕੇ ਕਹੇਗਾ ਮੈਨੂੰ ਦੱਸੋ ਕਰਮਜੀਤ ਦਾ ਕਿਹੜਾ ਕੰਮ ਮੇਰਾ ਤੁਸੀਂ ਕਪਾਹੀ ਸਾਹਿਬ ਤੁਸੀਂ ਕਿੰਨੀ ਦੇਰ ਤੋਂ ਜਾਣਦੇ ਮੈਨੂੰ ਜਿਹੜੇ ਕਲਾਕਾਰ ਹੁੰਦੇ ਉਹਨਾਂ ਦੇ ਵੀ ਕਿੰਨੇ ਕਿੰਨੇ PA ਹੁੰਦੇ ਆ ਤੁਸੀਂ ਕਦੇ ਫੋਨ ਮੇਰੇ PA ਨੇ ਚੱਕਿਆ ਤੁਸੀਂ ਆਪ ਦੱਸੋ ਦੱਸੋ ਹਾਂ ਨਹੀਂ ਦੱਸੋ ਬਿਲਕੁਲ ਤੁਹਾਡੇ ਨਾਲ ਡਾਇਰੈਕਟ ਗੱਲ ਹੁੰਦੀ ਹੈ ਮੇਰੇ ਹੁਣ ਵੀ ਡਾਇਰੈਕਟ ਹੀ ਗੱਲ ਹੋਊਗੀ ਜਿੰਨੇ ਵੀ ਕਲਾਕਾਰ ਨੇ ਬਾਕੀ ਸਾਰਿਆਂ ਦੇ PA ਰੱਖੇ ਹੋਏ ਨੇ ਬਾਕੀ ਵੀ ਤਾਂ ਰੱਖੇ ਹੋਏ ਨੇ ਤਾਂ ਮੈਂ ਕਿਹੜਾ ਛੋਟਾ ਕਲਾਕਾਰ ਆ ਉਹਨਾਂ ਚੋਂ ਵੈਸੇ ਹੰਸ ਮੇਰਾ ਵੀ ਫੋਨ ਡਾਇਰੈਕਟ ਚੱਕ ਲੈਂਦੇ ਆ ਜਾਂ ਕੁਝ ਹੋਰ ਪੰਜਾਬੀ ਇੰਡਸਟਰੀ ਦੇ ਡਾਇਰੈਕਟ ਤੁਹਾਡਾ ਤਾਂ ਹਰੇਕ ਹੀ ਚੱਕ ਲਊਗਾ ਤੁਸੀਂ ਤਾਂ ਚਕਵਾ ਲਓਗੇ ਤੁਸੀਂ ਅੱਗੇ ਖਬਰ ਲਾਉਣੀ ਹੈ ਗੱਲ ਤਾਂ ਆਮ ਲੋਕਾਂ ਦੀ ਆਪਣੇ ਤਾਂ CM ਸਾਹਿਬ ਵੀ ਫੋਨ ਡਾਇਰੈਕਟ ਬਿਲਕੁਲ ਆਮ ਤਾਂ ਗੱਲ ਤਾਂ ਆਮ ਲੋਕਾਂ ਦੀ ਵੀ ਆਮ ਲੋਕਾਂ ਨੂੰ ਕਿੰਨਾ ਕੁ ਤੁਸੀਂ ਆਉਂਗਾ ਨਹੀਂ ਹੁਣ ਜਦੋਂ ਇਹ ਵੋਟ ਮੰਗਣ ਆ ਰਹੇ ਹੈ ਤੁਹਾਡੇ ਕਿਸ ਤਰੀਕੇ ਦੇ ਸਵਾਲ ਹੈ ਤੁਸੀਂ ਕਹੋਗੇ ਕਿ ਕੋਈ ਡਾਇਲੋਗ ਸੁਣਾ ਹਸਾ ਕੇ ਦਹਾ ਜਾਂ ਕੋਈ ਕਮੇਡੀ ਕਰ ਜਾਂ ਫਿਰ ਸੀਰੀਅਸ ਮੁੱਦਿਆਂ 'ਤੇ ਕਿ ਆ ਭਾਈ ਸਾਡੇ ਪਾਈਪ ਨਹੀਂ ਪਈ ਜਾਂ ਸਾਡੇ ਆ ਇਸ਼ੂ ਆ ਆ ਆ ਪਹਿਲਾਂ ਦੱਸੋ ਹੱਲ ਕਰੋਗੇ ਜਾਂ ਨਹੀਂ ਕਰੋਗੇ ਤੁਹਾਡੇ ਮਸਲੇ ਜਿਵੇਂ ਭਗਵੰਤ ਮਾਨ ਸਾਹਿਬ ਨੇ ਸੰਸਦ ਦੇ ਵਿੱਚ ਗੂੰਜ ਪਾਈ ਸੀ ਅਸੀਂ ਚਾਹੁੰਦੇ ਹਾਂ ਵੀ ਉਵੇਂ ਹੀ ਗੂੰਜ ਪਾਉਣ ਦੋਨੇ ਪੱਕੇ ਆ ਰਹੀ ਹੈ ਮੁਹੰਮਦ ਸਦੀਕ ਦੇ ਫੈਨ ਹੋ ਕੇ ਨਹੀਂ ਫੈਨ ਹੋ ਹਾਂਜੀ ਹਾਂਜੀ ਮੁਹੰਮਦ ਸਦੀਕ ਕਿਵੇਂ 5 ਸਾਲ ਰਹੇ ਮੈਂ ਕਹਿੰਦਾ ਕਰਮਜੀਤ ਹੋਰਾਂ ਨੂੰ ਮਾਈਕ ਫੜਾ ਦਈਏ ਕੋਈ ਗਾਣਾ ਸੁਣਾ ਹੀ ਦਿੰਦੇ ਹੋ ਸੋਹਣਿਆ ਸੱਜਣਾ ਜੇ ਤੇਰੇ ਨਾਲ
ਯਾਰੀ ਨਾ ਹੁੰਦੀ ਸੌ ਰੱਬ ਦੀ ਵੇ ਸਾਨੂੰ ਜ਼ਿੰਦਗੀ ਇੰਨੀ ਪਿਆਰੀ ਨਾ ਹੁੰਦੀ। ਥੈਂਕ ਯੂ ਮੇਰਾ ਵੀਰ, ਜਿਉਂਦੇ ਵਸਦੇ ਰਹੋ। ਅੱਗੋਂ ਹੰਸ ਸਾਹਿਬ ਨੇ ਵੀ ਆਉਣਾ, ਕਹਿਣਾ ਸਿੱਲੀ ਸਿੱਲੀ ਆਉਂਦੀ ਹੈ ਹਵਾ, ਸਿੱਲੀ ਸਿੱਲੀ ਕੋਈ ਰਹਿ ਜਾਣੀ ਹੈ, ਸਿੱਲੀ ਸਿੱਲੀ ਕੋਈ ਰਹਿ ਜਾਣੀ ਹੈ, ਨਾ ਠੰਡੀ ਹੋਣੀ ਨਾ ਗਰਮ ਹੋਣੀ। ਨਹੀਂ ਮਸਲੇ ਤਾਂ ਦੱਸੋ ਕੀ ਤੁਹਾਡੇ ਏਰੀਏ 'ਚ ਆਏ ਕਿ ਆਹ ਕੰਮ ਹੈ ਸਭ ਤੋਂ ਪਹਿਲਾਂ ਜੇ ਐਮ ਪੀ ਬਣੇ? ਮਸਲੇ ਹੁੰਦੇ ਆ ਸਰਕਾਰਾਂ ਦੇ, ਸਰਕਾਰ ਬਣੀ ਨੂੰ 2 ਸਾਲ ਹੋ ਗਏ। ਵੈਸੇ ਇਹ ਸਰਕਾਰ ਨੇ ਬੜੇ ਸਾਰੇ ਮਸਲੇ ਆ ਜਿਹੜੇ ਉਹ ਹੱਲ ਪਹਿਲਾਂ ਹੀ ਕੀਤੇ ਹੋਏ ਆ। ਪੰਜਾਬ ਦਾ ਨੌਜਵਾਨ ਤਾਂ ਕੈਨੇਡਾ ਤੁਰਿਆ ਪਿਆ, ਔਰ ਕੋਈ ਪਿੰਡ ਕੋਈ ਸ਼ਹਿਰ ਅਜਿਹਾ ਨਹੀਂ ਹੋਣਾ ਜਿੱਥੇ ਆਈਲੈਟਸ ਦਾ ਬੋਰਡ ਨਹੀਂ ਲੱਗਾ। ਉੱਥੇ ਬੱਚੇ ਕਹਿੰਦੇ ਕਿ ਅਸੀਂ ਐਮ ਬੀ ਏ ਕਰ ਲਈ, ਕੁਛ ਕਰ ਲਿਆ, 10-12 ਹਜ਼ਾਰ ਤਨਖਾਹ ਹੁੰਦੀ ਹੈ। ਤੁਸੀਂ ਇੰਡਸਟਰੀ ਨਾਲ ਜੁੜੇ ਹੋਏ, ਫਰੀਦਕੋਟ 'ਚ ਕੋਈ ਫਿਲਮ ਸਿਟੀ ਜਾਂ ਕੋਈ ਇਸ ਤਰੀਕੇ ਨਾਲ ਕਿ ਫਰੀਦਕੋਟ ਦੇ ਜਿਹੜੇ ਨੌਜਵਾਨ ਨੇ ਉਹ ਪੰਜਾਬੀ ਇੰਡਸਟਰੀ ਵਾਲੇ ਪਾਸੇ ਆ ਸਕਣ, ਤੁਸੀਂ ਉਹਨਾਂ ਦਾ ਬਾਂਹ ਜਿਹੜੀ ਉਹ ਫੜ ਸਕੋ? ਬਿਲਕੁਲ ਜੀ, ਕਿਉਂਕਿ ਵੱਧ ਤੋਂ ਵੱਧ ਕੋਸ਼ਿਸ਼ਾਂ ਇਹੀ ਹੋਣਗੀਆਂ ਕਿ ਨੌਜਵਾਨ ਜਿਹੜੇ ਸਾਡੇ ਬਾਹਰ ਜਾਣ ਦੀ ਬਜਾਏ ਇੱਥੇ ਉਹਨਾਂ ਨੂੰ ਰੁਜ਼ਗਾਰ ਮਿਲੇ, ਇਹੋ ਜਿਹੇ ਮੌਕੇ ਮੁਹੱਈਆ ਕਰਨ ਦੀਆਂ ਕੋਸ਼ਿਸ਼ਾਂ ਕਰਾਂਗੇ ਕਿ ਆਪਣੇ ਕੋਈ ਵੀ ਬਜ਼ੁਰਗ ਖੜ੍ਹੇ ਆ, ਕੋਈ ਵੀ ਮਾਂ ਪਿਓ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਮੇਰੀਆਂ ਅੱਖਾਂ ਤੋਂ ਦੂਰ ਹੋ ਗਿਆ। ਤਾਂ ਕਰਮਜੀਤ ਅਨਮੋਲ ਹੋਰੀ ਪ੍ਰਚਾਰ ਕਰ ਰਹੇ ਨੇ ਔਰ ਵੱਖ ਵੱਖ ਥਾਵਾਂ 'ਤੇ ਜਾ ਰਹੇ, ਗੱਲਬਾਤ ਦਾ ਸਿਲਸਿਲਾ ਉਹਨਾਂ ਨਾਲ ਜਾਰੀ ਹੈ। ਕਰਮਜੀਤ ਅਨਮੋਲ ਹੋਰਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਹੈ ਕਿਉਂਕਿ ਅੱਗੇ ਪਿੰਡਾਂ 'ਚ ਜਾਣਾ ਹੈ ਤਾਂ ਉੱਥੇ ਕਈ ਥਾਵਾਂ 'ਤੇ ਗੱਡੀਆਂ ਨਹੀਂ ਜਾਣੀਆਂ, ਤਾਂ ਬੁਲਟ 'ਤੇ ਚੱਲਦੇ ਹਾਂ। ਬਾਈ ਜੀ, ਤੁਹਾਡੇ ਨਾਲ ਅੱਜ ਗੇੜੀ 'ਤੇ ਚੱਲਾਂਗੇ। ਸਿਆਸਤ ਵੀ ਵੈਸੇ ਕਿਵੇਂ ਦੀ ਚੀਜ਼ ਹੈ, ਕਿੱਥੇ ਫਿਲਮ 'ਚ ਤੁਸੀਂ ਕਿਤੇ ਸੋਹਣੀ ਜਿਹੀ ਕੁੜੀ ਦੇ ਨਾਲ ਪਿੱਛੇ ਪਾਉਣਾ ਸੀ, ਅੱਜ ਪੱਤਰਕਾਰ ਨੂੰ ਪਿੱਛੇ ਪਾਉਣਾ ਪੈ ਰਿਹਾ, ਕਿਸਮਤ ਅੱਜ ਕਪਾਹੀ ਬੈਠੇ ਆ। ਕਿਵੇਂ ਲੱਗ ਰਿਹਾ ਪਿੱਛੇ, ਹੀਰੋਇਨ ਠੀਕ ਸੀ ਜਾਂ ਪੱਤਰਕਾਰ ਨੂੰ ਪਾਉਣਾ ਠੀਕ ਹੈ? ਨਹੀਂ, ਪੱਤਰਕਾਰ ਵੀ ਠੀਕ ਹੈ, ਭਰਾ ਹੈ ਸਾਡੇ ਪੱਤਰਕਾਰ, ਤੁਹਾਡੇ ਕਰਕੇ ਹੀ ਹੈ ਸਾਰਾ ਕੁਛ। ਵੈਸੇ ਕਿੱਥੇ ਡਾਇਰੈਕਟਰ ਕਹਿੰਦਾ ਹੁੰਦਾ ਸੀ ਕਿ ਇੱਧਰ ਨੂੰ ਪਾ ਕਰਮਜੀਤ, ਇੱਧਰ ਨੂੰ ਪਾਸੇ ਚਲੀਏ, ਹੁਣ ਛੋਟੀਆਂ ਛੋਟੀਆਂ ਗਲੀਆਂ 'ਚ ਜਾ ਕੇ ਤੁਹਾਨੂੰ ਪ੍ਰਚਾਰ ਕਰਨਾ ਪੈ ਰਿਹਾ, ਪਹਿਲਾਂ ਕਿਵੇਂ ਲੱਗ ਰਿਹਾ? ਬਹੁਤ ਵਧੀਆ ਜੀ, ਕਿਉਂਕਿ ਜਿੱਥੇ ਗੱਡੀਆਂ ਨਹੀਂ ਜਾਂਦੀਆਂ ਉੱਥੇ ਮੋਟਰਸਾਈਕਲ ਚਲੇ ਜਾਂਦੇ ਆ। ਇਹ ਅਖੀਰਲੇ ਟਾਈਮ ਤੁਸੀਂ ਬੁਲਟ ਕਦੋਂ ਚਲਾਇਆ ਸੀ, ਅੱਜ ਤੋਂ ਸਿਆਸਤ 'ਚ ਆਉਣ ਤੋਂ ਪਹਿਲਾਂ? ਆਹ ਥੋੜ੍ਹੇ ਦਿਨ ਪਹਿਲਾਂ ਹੀ ਚਲਾਇਆ ਜੀ ਘਰੇ, ਮੈਂ ਆਪਣਾ ਬੇਟੇ ਵਾਲਾ। ਹਾਂਜੀ, ਬੁਲਟ ਰੱਖਿਆ ਹੈ ਤੁਸੀਂ? ਬੁਲਟ ਹਾਂਜੀ, ਮੈਨੂੰ ਗਿਫਟ ਮਿਲਿਆ ਸੀਗਾ ਸਾਡੇ ਕੋਪਲ ਇੰਡਸਟਰੀ ਵੱਲੋਂ। ਹਾਂ, ਤੇ ਬੁਲਟ ਦੇ ਸ਼ੌਕੀਨ ਹੋ? ਹਾਂਜੀ ਹਾਂਜੀ, ਕਿਉਂਕਿ ਐਕਟਰ ਤਾਂ ਅਮੂਮਨ ਮਹਿੰਗੀਆਂ ਮਹਿੰਗੀਆਂ ਗੱਡੀਆਂ ਰੱਖਦੇ ਨੇ, ਕਹਿੰਦੇ 2-2 ਕਰੋੜ ਦੀ ਗੱਡੀ ਹੁੰਦੀ ਹੈ, ਬੁਲਟ ਕੌਣ ਚਲਾਉਂਦਾ ਹੈਗਾ? ਨਹੀਂ ਪਰ ਬੁਲਟ ਵੀ ਵਧੀਆ ਹੈ ਜੀ, ਸਾਈਕਲ ਵੀ ਵਧੀਆ, ਸਗਾ ਸਾਈਕਲ ਦੇ ਨਾਲ ਸਿਹਤ ਵੀ ਵਧੀਆ ਰਹਿੰਦੀ ਹੈ। ਮੈਨੂੰ ਲੱਗਦਾ ਰਾਜਨੀਤੀ 'ਚ ਕਿਤੇ ਤੁਹਾਨੂੰ ਸਾਈਕਲ 'ਤੇ ਵੀ ਅੱਗੋਂ ਗੇੜੇ ਮਾਰਨੇ ਪੈਣੇ। ਮਾਰਨੇ ਪਏ, ਮਾਰਾਂਗੇ ਜੀ, ਕੋਈ ਚੱਕਰ ਨਹੀਂ। ਹੁਣ ਕਿਵੇਂ ਲੱਗ ਰਿਹਾ ਪਿੰਡਾਂ 'ਚ ਜਦੋਂ ਤੁਸੀਂ ਜਾ ਰਹੇ ਹੋ, ਕਿਤੇ ਬੁਲਟ 'ਤੇ, ਕਿਤੇ ਪੈਦਲ, ਕਿਤੇ ਘਰ? ਪਰ ਬੜਾ ਵਧੀਆ ਲੱਗ ਰਿਹਾ ਜੀ, ਕਿਉਂਕਿ ਲੋਕ ਪਿਆਰ ਬਹੁਤ ਕਰਦੇ ਨੇ ਜੀ, ਔਰ ਇੰਨਾ ਇੱਜ਼ਤ ਮਾਣ ਦਿੰਦੇ ਨੇ, ਔਰ ਜਿੰਨੀ ਥਕਾਵਟ ਹੁੰਦੀ ਆ ਉਹ ਸਾਰੀ ਉੱਤਰ ਜਾਂਦੀ ਆ ਇਹਦੇ ਨਾਲ। ਕਰਮਜੀਤ, ਪਹਿਲਾਂ ਤਾਂ ਪੰਜਾਬ ਦੇ ਵਿੱਚ ਸਾਰਿਆਂ ਦਾ ਸੀਗਾ ਜੀ, ਜੀ ਅਕਾਲੀਆਂ ਦਾ ਵੀ ਸੀਗਾ, ਕਾਂਗਰਸ ਦਾ ਵੀ ਸੀਗਾ, ਬੀਜੇਪੀ ਵਾਲਿਆਂ ਦਾ ਵੀ ਸੀਗਾ, ਆਮ ਲੋਕਾਂ ਦਾ ਵੀ ਸੀਗਾ ਜੀ, ਜੀ। ਲੇਕਿਨ ਹੁਣ ਜਦੋਂ ਸਿਆਸਤ 'ਚ ਐਂਟਰੀ ਹੋ ਗਈ ਤਾਂ ਇੱਕ ਜਿਹੜਾ ਵਿਰੋਧੀ ਜਿਹਨੂੰ ਕਹਿ ਦਿੰਦੇ ਨੇ, ਹਾਂਜੀ ਹਾਂਜੀ, ਉਹ ਟ੍ਰੋਲ ਵੀ ਤੁਹਾਨੂੰ ਕਰਨਗੇ, ਹਾਂਜੀ, ਮਜ਼ਾਕ ਵੀ ਤੁਹਾਡਾ ਉਡਾਉਣਗੇ, ਔਰ ਕਰਮਜੀਤ ਹੁਣ ਆਮ ਆਦਮੀ ਪਾਰਟੀ ਦਾ ਸਿਮਟ ਕੇ ਹੋ ਗਿਆ ਜੀ, ਜੀ, ਜੀ। ਕੀ ਕਹਿਣਾ ਚਾਹੁੰਦੇ? ਪਰ ਕੋਈ ਗੱਲ ਨਹੀਂ ਜੀ, ਸਾਰੇ ਪਿਆਰ ਕਰਦੇ ਨੇ, ਐਜ਼ ਆ ਕਲਾਕਾਰ ਸਾਰਿਆਂ ਦੇ ਹੀ ਹਾਂ ਮੈਂ, ਚਾਹੇ ਉਹ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦੇ ਹੋਣ। ਪਹਿਲੀ ਵਾਰ ਬੁਲਟ 'ਤੇ ਕਦੋਂ ਬੈਠੇ ਸੀ? ਪਹਿਲੀ ਵਾਰ ਤਾਂ ਕਾਲਜ ਟਾਈਮ ਬੈਠਾ ਸੀ। ਹਾਂ ਹਾਂਜੀ, ਔਰ ਪਹਿਲੀ ਵਾਰ ਸਹੇਲੀ ਕਦੋਂ ਪਾਈ ਸੀ? ਸਹੇਲੀ ਸਹੂਲੀ ਨਹੀਂ ਮੈਂ ਪਾਈ ਕਦੇ, ਇਹ ਤਾਂ ਸੱਚ ਦੱਸ ਦਿਓ। ਪਤਾ ਨਹੀਂ ਹੁਣ, ਇਹ ਨਹੀਂ ਯਾਦ। ਕਿੰਨੀਆਂ ਸਹੇਲੀਆਂ ਪਾਏ ਹੋ ਆ ਦੱਸ ਦਿਓ ਨਾ ਜੀ, ਇੱਦਾਂ ਘਰੇ ਭਾਬੀ ਨਹੀਂ ਦੇਖਦੇ ਹੋਣਗੇ, ਵੈਸੇ ਦੱਸ ਦਿਓ। ਇੱਧਰਲੇ ਪਾਸੇ ਧਿਆਨ ਹੀ ਨਹੀਂ ਜਾਂਦਾ ਸੀ ਕਿਉਂਕਿ ਬੜੀ ਗੁਰਬਤ 'ਚੋਂ ਆਇਆ, ਜਿਵੇਂ ਧਨੀ ਰਾਮ ਚਾਤਰਕ ਦੀਆਂ ਲਾਈਨਾਂ ਨੇ, ਉਹ ਕਹਿੰਦਾ ਰੋ ਵੇਸ਼ਕਾ ਬਸ ਕਰੀ ਹੁਣ ਛੱਡ ਦੇ ਮੁੰਨੇ ਚੇਲੇ, ਕੰਨਾਂ ਨੂੰ ਨਾ ਚੰਗਾ ਲੱਗੇ ਤੇਰਾ ਰਾਕ ਵੇਲੇ, ਕਿਉਂਕਿ ਉਦੋਂ ਤਾਂ ਜਿਹੜੀ ਉਮਰ ਸੀਗੀ ਇਹਨਾਂ ਕੰਮਾਂ ਲਈ ਉਹ ਤਾਂ ਫਿਕਰਾਂ ਦੇ ਵਿੱਚ ਹੀ ਲੰਘੀ ਸੀ, ਤੇ ਸਹੇਲੀਆਂ ਸਹੂਲੀਆਂ ਕਿਹੜੀਆਂ ਬਿਠਾਉਣੀਆਂ ਸੀ। ਸਹੇਲੀ ਵੈਸੇ ਭਾਈ ਤਾਂ ਹੋਣੀ ਹੈ ਇੱਕ ਵਾਰ,
ਫਿਲਮਾਂ 'ਚ ਬਹੁਤ ਬਿਠਾਇਆ ਜੀ, ਫਿਲਮਾਂ 'ਚ ਜਿਹੜੀਆਂ ਹੀਰੋਇਨਾਂ ਹੁੰਦੀਆਂ ਇਹ ਪਹਿਲਾਂ ਤੁਹਾਡੇ ਮੂੰਹ ਨਿਕਲ ਗਿਆ ਸੀ ਬਾਈ ਹੋਈ ਕਈ ਵਾਰ ਨਹੀਂ ਨਹੀਂ ਭਾਬੀ ਦੇਖ ਰਹੇ ਹੋਣੇ, ਭਾਬੀ ਨੂੰ ਕਿੰਨੀ ਵਾਰ ਪਾਇਆ ਬੁਲਟ 'ਤੇ? ਉਹਨਾਂ ਉਹ ਬੁਲਟ 'ਤੇ ਨਹੀਂ ਬੈਠੇ, ਅਤੇ ਮੈਂ ਰੱਬ ਅੱਗੇ ਇਹੀ ਅਰਦਾਸ ਕਰੀ ਸੀ ਵੀ ਜਦੋਂ ਮੇਰਾ ਵਿਆਹ ਹੋਵੇ ਤਾਂ ਮੈਂ ਉਹਨੂੰ ਕਾਰ ਦੇ ਵਿੱਚ ਹੀ ਲਿਆਵਾਂ ਅਤੇ ਕਦੇ ਉਹਨੂੰ ਬੱਸ ਦਾ ਸਕੂਟਰ ਦਾ ਸਫ਼ਰ ਨਾ ਕਰਨਾ ਪਵੇ, ਔਰ ਰੱਬ ਨੇ ਮੇਰੀ ਸੁਣੀ ਵੀ ਉਹ। ਪਹਿਲਾਂ ਤਾਂ ਸ਼ੁਰੂ ਤੁਸੀਂ ਬੱਸਾਂ 'ਚ ਵੀ ਬਹੁਤ ਵਾਰ ਗਏ ਹੋਵੋਗੇ। ਬਿਲਕੁਲ ਜੀ, ਔਰ ਕਈ ਵਾਰ ਮੈਨੂੰ ਲੱਗਦਾ ਬੱਸਾਂ 'ਤੇ ਟਿਕਟ ਵੀ ਨਹੀਂ ਲਈ ਹੋਣੀ ਜਾਂ ਉਸ ਵੇਲੇ ਪੈਸੇ ਨਹੀਂ ਹੋਣੇ, ਕਿਵੇਂ ਕੰਡਕਟਰ ਨਾਲ ਡੀਲ ਕਰਦੇ ਸੀ? ਬੜੇ, ਕਿਉਂਕਿ ਦੋਸਤੀ ਬੜੀ ਸੀ ਜੀ ਬੱਸਾਂ ਦੇ ਕੰਡਕਟਰਾਂ ਨਾਲ, ਅਤੇ ਉਹ ਟਿਕਟ ਲੈਂਦੇ ਨਹੀਂ ਹੁੰਦੇ ਸੀਗੇ ਕਿਉਂਕਿ ਕਾਲਜ ਟਾਈਮ ਹੀ ਇੰਨੀ ਵਧੀਆ ਮਿੱਤਰਤਾ ਪੈ ਗਈ ਸੀ। ਇਸੇ ਗੱਲ ਦਾ ਜ਼ਿਕਰ ਹੀ ਕਰਤਾ ਮੈਂ ਇਹਦੇ ਨਾਲ ਹੀ ਜੋੜਦਾ, ਕਿਉਂਕਿ ਤੁਹਾਡੀ ਹਾਈਟ ਥੋੜ੍ਹੀ ਜਿਹੀ ਘੱਟ ਹੈ ਜੀ। ਜਦੋਂ ਤੁਹਾਡੀ ਹਾਈਟ ਘੱਟ ਸੀ, ਕਈ ਵਾਰ ਕਾਲਜ ਸਕੂਲ ਜਾਂ ਫਿਲਮ ਇੰਡਸਟਰੀ ਟ੍ਰੋਲ ਹੋਏ ਸੀ? ਨਾ ਜੀ, ਮੇਰੇ 'ਚ ਤਾਂ ਮਤਲਬ ਕੁੱਟ ਕੁੱਟ ਕੇ ਕੌਨਫੀਡੈਂਸ ਭਰਿਆ ਹੋਇਆ, ਮੈਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਮੇਰੀ ਹਾਈਟ ਛੋਟੀ ਹੈ। ਮੈਂ ਤਾਂ, ਮੈਨੂੰ ਐਂ ਲੱਗਦਾ ਮੈਂ ਕਿਸੇ ਤੋਂ ਵੀ ਘੱਟ ਨਹੀਂ ਹੈਗਾ, ਅਤੇ ਬੜਾ ਵਧੀਆ, ਮਤਲਬ ਵੀ ਮੈਨੂੰ ਕਦੇ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੋਇਆ। ਪਹਿਲਾ ਪਿਆਰ ਗਾਇਕੀ ਹੈ ਜਾਂ ਤੁਹਾਡਾ ਪਹਿਲਾ ਪਿਆਰ ਐਕਟਿੰਗ ਹੈ ਜਾਂ ਹੁਣ ਤੁਹਾਡਾ ਪਹਿਲਾ ਪਿਆਰ ਸਿਆਸਤ ਹੈ? ਦੇਖੋ ਜੀ, ਮੇਰਾ ਪਹਿਲਾ ਪਿਆਰ ਗਾਇਕੀ ਸੀ, ਉਸ ਤੋਂ ਬਾਅਦ ਮੈਨੂੰ ਜਿਹੜਾ ਜਿਹੜੀ ਐਕਟਿੰਗ ਨੇ ਮੈਨੂੰ ਸਾਰਾ ਕੁਝ ਰੋਜ਼ੀ ਰੋਟੀ ਦਿੱਤੀ ਤਾਂ ਰੁਤਬਾ ਬਣਾਇਆ, ਅਤੇ ਉਸ ਰੁਤਬੇ ਦੇ ਕਾਰਨ ਇਹ ਅੱਜ ਮੈਨੂੰ ਮਤਲਬ ਆ ਸਾਰਾ ਕੁਝ ਮਿਲਿਆ। ਜਿਹੜੀ ਟਿਕਟ ਅਨਾਊਂਸ ਹੋਈ ਇਹ ਮੈਨੂੰ ਐਕਟਿੰਗ ਅਤੇ ਗਾਇਕੀ ਨੇ ਦਿੱਤੀ। ਪਰ ਮੈਨੂੰ ਲੱਗਾ ਪਹਿਲਾ ਪਿਆਰ ਤੁਸੀਂ ਕਹੋਗੇ ਕਿ ਮੇਰੀ ਵਾਈਫ ਹੈ, ਤੇਰੀ ਭਾਬੀ ਹੈ ਪਹਿਲਾ ਪਿਆਰ? ਜੀ ਜੀ, ਨਹੀਂ ਉਹ ਉਹ ਅਲੱਗ, ਉਹ ਤਾਂ ਹੈ ਹੀ, ਉਹ ਪਹਿਲਾਂ ਤਾਂ ਆਖਰੀ ਆ। ਉਹ ਕਿੰਨੀ ਕੁ ਸਪੋਰਟਿੰਗ ਰਹੀ ਹੈ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਸਪੋਰਟ ਰਹੀ ਹੈ ਜੀ। ਉਹਨਾਂ ਨੇ ਕਦੇ ਵੀ, ਜੇ ਮੈਂ ਬਿਜ਼ੀ ਹਾਂ ਤਾਂ ਮੈਂ ਫੋਨ ਕੱਟਤਾ ਤਾਂ ਉਹਨਾਂ ਨੇ ਬਾਅਦ 'ਚ ਮੈਸੇਜ ਆ ਜਾਣਾ ਵੀ ਆਉਂਗੇ ਕਦੋਂ, 2 ਘੰਟਿਆਂ ਨੂੰ, 4 ਘੰਟਿਆਂ ਨੂੰ, ਅਤੇ ਉਹਨਾਂ ਨੇ ਮੈਨੂੰ ਫੋਨ ਨਹੀਂ ਕਰਨਾ ਵੀ ਮੈਂ ਆਪੇ ਹੀ ਕਰਦਾ ਫੋਨ ਜਦੋਂ ਮੈਂ ਵਿਹਲਾ ਹੁੰਦਾ, ਅਤੇ ਕਦੇ ਵੀ ਉਹਨਾਂ ਨੇ ਕੁਛ ਵੀ ਨਹੀਂ ਮਤਲਬ ਇਸ ਮਾਮਲੇ 'ਚ ਕਿਹਾ। ਉਹਨਾਂ ਨੇ ਇੰਨੀ ਸਪੋਰਟ ਕੀਤੀ ਹੈ, ਸ਼ਾਇਦ ਉਹਨਾਂ ਦੀ ਸਪੋਰਟ ਕਰਕੇ ਮੈਂ ਇੱਥੇ ਤੱਕ ਪਹੁੰਚਿਆ। ਮੈਂ ਜਦੋਂ ਤੁਹਾਡੇ ਨਾਲ ਬੈਠਾ ਸੀ ਉਦੋਂ ਕਿਹਾ ਵੀ ਪੱਤਰਕਾਰ ਨੂੰ ਕਦੀ ਤੁਸੀਂ ਭਾਲ ਰਹੇ ਹੋ, ਕਿੱਥੇ ਕੁੜੀ ਨੂੰ ਪਾਉਣਾ ਸੀ? ਭਗਵੰਤ ਮਾਨ ਵੀ ਕਦੀ ਬੈਠੇ ਆ ਤੁਹਾਡੇ ਨਾਲ ਬੁਲਟ 'ਤੇ? ਕਦੀ ਕਿਤੇ ਗੇੜੀ ਮਾਰੀ ਕੋਈ ਸਮਾਂ ਜਿੱਥੇ ਤੁਸੀਂ ਜਾਂਦੇ ਹੋ ਜਾਂ ਕੋਈ ਐਡਾ? ਸਕੂਟਰਾਂ 'ਤੇ, ਸਾਈਕਲਾਂ 'ਤੇ ਬਹੁਤ ਬੈਠਿਆ ਜੀ ਅਸੀਂ। ਚਲੋ, ਗੱਲਬਾਤ ਦਾ ਸਿਲਸਿਲਾ ਤੁਹਾਡੇ ਨਾਲ ਲਗਾਤਾਰ ਜਾਰੀ ਰਹੇਗਾ। ਤਾਂ ਇੱਕ ਪਿੰਡ 'ਚ ਪਹੁੰਚੇ ਹਾਂ ਜਿੱਥੇ ਫੁੱਟਬਾਲ ਮੁੰਡੇ ਖੇਡ ਰਹੇ ਸੀ, ਤਾਂ ਕਰਮਜੀਤ ਅਨਮੋਲ ਹੋਰਾਂ ਦੇ ਫੈਨ ਵੀ ਜਿਹੜੇ ਨੇ। ਕਿਵੇਂ ਹੋ? ਕਰਮਜੀਤ ਅਨਮੋਲ ਹੋਰਾਂ ਦੇ ਨਾਲ ਸਾਰਾ ਦਿਨ ਰਹੇ ਹਾਂ, ਦੇਖਿਆ ਕਿ ਕਿਸ ਤਰੀਕੇ ਨਾਲ ਪ੍ਰਚਾਰ ਕਰ ਰਹੇ ਨੇ, ਔਰ ਫਿਲਮਾਂ 'ਚ ਤਾਂ ਪਿਆਰ ਇਹਨਾਂ ਨੂੰ ਮਿਲਿਆ, ਲੇਕਿਨ ਫਰੀਦਕੋਟ ਦੇ ਲੋਕ ਕੀ ਕਿਸ ਤਰੀਕੇ ਨਾਲ ਮੁਹੱਬਤ ਦੇਣਗੇ? 1 ਤਰੀਕ ਨੂੰ ਤੈਅ ਕਰਨਾ ਹੰਸਰਾਜ ਹੰਸਰਾਂ ਦਾ ਮੁਕਾਬਲਾ। ਕਰਮ, ਬਹੁਤ ਬਹੁਤ ਥੈਂਕ ਯੂ ਜੀ। ਥੈਂਕ ਯੂ ਪੰਕਜ ਜੀ, ਥੈਂਕ ਯੂ ਸੋ ਮਚ। ਚਲੋ, ਬੈਸਟ ਆਫ ਲੱਕ। ਥੈਂਕ ਯੂ, ਥੈਂਕ ਯੂ।